ਸੁਖਬੀਰ ਸਿੰਘ ਬਾਦਲਪੁਰਾ ਦੇ ਵੱਲੋਂ ਕਿਹਾ ਗਿਆ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜਾਣਗੇ ਤੇ ਉਹਨਾਂ ਦਾ ਰੋਮ ਰੋਮ ਜੋ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਤੀ ਜੋ ਹੈ ਸਮਰਪਿਤ ਹੈ। ਕੀ ਕਹਿਣਾ ਚਾਹੋਗੇ? ਪਹਿਲਾਂ ਤੇ ਜਵਾਬ ਦੇਣਗੇ ਜਾ ਕੇ ਜਿਹੜਾ ਇਹਨਾਂ ਤੇ ਐਲੀਗੇਸ਼ਨ ਲੱਗਾ, ਤੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਬਾਕੀ ਸਿੰਘ ਸਾਹਿਬਾਨ ਬੈਠ ਕੇ ਵਿਚਾਰਨਗੇ। ਅਗਰ ਮੰਨ ਲਓ ਇਹਨਾਂ ਦੇ ਵੱਲੋਂ ਮੁਆਫ਼ੀ ਮੰਗੀ ਜਾਂਦੀ ਹੈ ਜਾਂ ਉਸ ਤੋਂ ਬਾਅਦ ਜੋ ਵੀ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਹੋਰਾਂ ਦੇ ਵੱਲੋਂ ਲਿਆ ਜਾਏਗਾ, ਉਸ ਤੋਂ ਬਾਅਦ ਜੇ ਇਹ ਮੁਆਫ਼ੀ ਮੰਗ ਲੈਂਦੇ ਨੇ ਸੁਖਬੀਰ ਸਿੰਘ ਬਾਦਲ ਤੇ ਉਸ ਤੋਂ ਤੁਸੀਂ ਸੈਟਿਸਫਾਈ ਹੋਵੋਗੇ ਜਾਂ ਇਸ ਤੋਂ ਬਿਨਾਂ ਵੀ ਤੁਸੀਂ ਕੁਝ ਚਾਹੋਗੇ? ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ ਕਿਉਂਕਿ ਸਿੰਘ ਸਾਹਿਬਾਨਾਂ ਦੇ ਵੱਲੋਂ ਜੋ ਉਹਨਾਂ ਨੂੰ ਹੁਕਮ ਦਿੱਤਾ ਗਿਆ ਸੀ, ਆਦੇਸ਼ ਦਿੱਤਾ ਗਿਆ ਸੀ ਕਿ ਉਹ 15 ਦਿਨਾਂ ਦੇ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਅਤੇ 15 ਦਿਨਾਂ ਦੇ ਅੰਦਰ ਉਹ ਜਵਾਬ ਦੇਣ, ਕਿਉਂਕਿ ਬਾਗੀ ਧੜੇ ਦੇ ਵੱਲੋਂ ਜੋ ਹੈ ਖਿਮਾ ਯਾਚਨਾ ਪੱਤਰ ਦਿੱਤਾ ਗਿਆ ਸੀ ਅਤੇ ਉਸੇ ਤੋਂ ਬਾਅਦ ਹੁਣ ਜਦੋਂ ਟਵੀਟ ਕੀਤਾ ਜਾਂਦਾ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਬੀਤੇ ਦਿਨ, ਤਾਂ ਉਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਮੇਰਾ ਰੋਮ ਰੋਮ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਮੈਂ ਉੱਥੇ ਜਾ ਕੇ ਪੇਸ਼ ਹੋਵਾਂਗਾ। ਸੋ ਇਸ 'ਤੇ ਬੀਬੀ ਜਗੀਰ ਕੌਰ ਹੋਰੀ ਸਾਡੇ ਨਾਲ ਫੋਨ ਕਾਲ 'ਤੇ ਜੁੜੇ ਨੇ, ਉਹਨਾਂ ਦਾ ਕੀ ਕੁਛ ਕਹਿਣਾ ਅਸੀਂ ਜਾਣਨਾ ਚਾਹਾਂਗੇ। ਬੀਬੀ ਜੀ, ਜਿਵੇਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜਾਣਗੇ ਅਤੇ ਉਹਨਾਂ ਦਾ ਰੋਮ ਰੋਮ ਜੋ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਤੀ ਜੋ ਹੈ ਸਮਰਪਿਤ ਹੈ। ਕੀ ਕਹਿਣਾ ਚਾਹੋਗੇ ਇਸ 'ਤੇ? ਬਹੁਤ ਅੱਛੀ ਗੱਲ ਹੈ ਜੀ, ਹਰ ਸਿੱਖ ਸਮਰਪਿਤ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ। ਸ਼ਰਧਾ ਭਾਵਨਾ ਦੇ ਨਾਲ ਜਦੋਂ ਵੀ ਕਿਤੇ ਉੱਥੇ ਖਿਮਾ ਯਾਚਨਾ ਕਰਨੀ ਹੋਵੇ ਤਾਂ ਨਿਮਰਤਾ ਨਾਲ ਜਾਣਾ ਚਾਹੀਦਾ, ਚੰਗੀ ਗੱਲ ਹੈ, ਉੱਥੇ ਜਾਣ ਸਮਰਪਿਤ ਹੋ। ਅਸੀਂ ਸ਼ਾਇਦ ਸਾਨੂੰ ਇੰਨੇ ਚੀਜ਼ ਦੀ ਸਮਝ ਨਹੀਂ ਹੋਏਗੀ, ਲੇਕਿਨ ਅਕਸਰ ਦੇਖਿਆ ਜਾਂਦਾ ਕਿ ਜਦੋਂ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੁੰਦਾ ਤਾਂ ਉਹਨਾਂ ਨੂੰ ਧਾਰਮਿਕ ਸਜ਼ਾ ਲਈ ਜਾਂਦੀ ਹੈ, ਲੇਕਿਨ ਇਸ ਤੋਂ ਬਾਅਦ ਕੀ ਹੁੰਦਾ ਜਦੋਂ ਧਾਰਮਿਕ ਸਜ਼ਾ ਲਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੀ ਹੁੰਦਾ? ਪਹਿਲਾਂ ਤੇ ਜਵਾਬ ਦੇਣਗੇ ਜਾ ਕੇ ਜਿਹੜਾ ਇਹਨਾਂ ਤੇ ਐਲੀਗੇਸ਼ਨ ਲੱਗਾ, ਤੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਬਾਕੀ ਸਿੰਘ ਸਾਹਿਬਾਨ ਬੈਠ ਕੇ ਵਿਚਾਰਨਗੇ। ਜੇ ਉਹਨਾਂ ਨੂੰ ਲੱਗਾ ਇਹਨਾਂ ਦੀ ਗਲਤੀ ਹੈ ਫਿਰ ਉਹ ਧਾਰਮਿਕ ਸਜ਼ਾ ਲਾਉਣਗੇ, ਜੇ ਨਾ ਗਲਤੀ ਹੋਏਗੀ ਫਿਰ ਉਹ ਸਿੱਖ ਨੂੰ ਸ਼ਰਧਾ ਸਤਿਕਾਰ ਦੇ ਵਜੋਂ ਉੱਥੇ ਮੱਥਾ ਟੇਕ ਕੇ ਅਰਦਾਸ ਕਰਕੇ ਜਾਣ ਲਈ ਕਹਿ ਸਕਦੇ ਹੈ। ਪਰ ਜਿਹਦੀ ਗਲਤੀ ਨਜ਼ਰ ਆਉਂਦੀ ਹੋਵੇ ਉਹਨੂੰ ਧਾਰਮਿਕ ਸਜ਼ਾ ਫਿਰ ਲਾਉਂਦੀ ਹੈ। ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਖਲੋ ਕੇ 5 ਸਿੰਘ ਸਾਹਿਬਾਨ ਉਹ ਇਹਨਾਂ ਥੱਲੇ ਖਲੋਣਾ ਪੈਂਦਾ, ਉਹ ਫਿਰ ਪੁੱਛਦੇ ਆ ਜੀ ਆਹ ਤੁਹਾਡੀ ਗਲਤੀ, ਉਹ ਕਹਿੰਦੇ ਹਾਂਜੀ ਸਵੀਕਾਰ ਕਰਦੇ ਕਰਦੇ ਆ ਜੀ, ਬਸ ਉਹ ਸਜ਼ਾ ਸੇਵਾ ਲਾ ਦਿੰਦੇ ਜੀ। ਅਗਰ ਮੰਨ ਲਓ ਇਹਨਾਂ ਦੇ ਵੱਲੋਂ ਮੁਆਫ਼ੀ ਮੰਗੀ ਜਾਂਦੀ ਹੈ ਜਾਂ ਉਸ ਤੋਂ ਬਾਅਦ ਜੋ ਵੀ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਹੋਰਾਂ ਦੇ ਵੱਲੋਂ ਲਿਆ ਜਾਏਗਾ, ਉਸ ਤੋਂ ਬਾਅਦ ਜੇ ਇਹ ਮੁਆਫ਼ੀ ਮੰਗ ਲੈਂਦੇ ਨੇ ਸੁਖਬੀਰ ਸਿੰਘ ਬਾਦਲ ਤੇ ਉਸ ਤੋਂ ਤੁਸੀਂ ਸੈਟਿਸਫਾਈ ਹੋਵੋਗੇ ਜਾਂ ਇਸ ਤੋਂ ਬਿਨਾਂ ਵੀ ਤੁਸੀਂ ਕੁਛ ਚਾਹੁੰਦੇ ਹੋ? ਸਾਡੀ ਬਾਅਦ ਦੀ ਗੱਲ ਹੈ ਜੀ, ਸਾਡੀ ਐਡਮਿਨਿਸਟ੍ਰੇਸ਼ਨ ਕੀ ਹੈ, ਪਾਰਟੀ ਦੇ ਵਿੱਚ ਕੰਮਕਾਜ ਕਿੱਦਾਂ ਦਾ, ਪਾਰਟੀ ਦਾ ਡਿਸਿਪਲਿਨ ਕਿੱਦਾਂ ਦਾ, ਪਾਰਟੀ ਦੇ ਪ੍ਰਧਾਨ ਦੀ ਪਾਲਿਸੀਜ਼ ਕੀ ਹੈ, ਪਾਰਟੀ ਨੇ ਕਿਸ ਤਰ੍ਹਾਂ ਚੱਲਣਾ, ਇਹ ਤਾਂ ਬਾਅਦ ਦੀ ਗੱਲ ਹੈ ਜੀ। ਸ਼ੁਕਰੀਆ ਬੀਬੀ ਜੀ ਗੱਲਬਾਤ ਕਰਨ ਦੇ ਲਈ। ਮਿਹਰਬਾਨੀ ਜੀ।